ਪੰਜਾਬੀ ਖਬਰਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਪਿੰਡ ਗਾਂਦਰਾ ਦੇ ਕਬੱਡੀ ਖਿਡਾਰੀ ਪੰਮਾ ਗਾਂਦਰਾ ਦੀ ਅਚਾਨਕ ਮੌਤ ਹੋ ਜਾਣ ਦੀ ਖਬਰ ਨਿਕਲ ਕੇ ਆ ਰਹੀ ਹੈ। ਜਾਣਕਾਰੀ ਦੇ ਮੁਤਾਬਕ ਪੰਮਾ ਗਾਂਦਰਾ ਕਬੱਡੀ ਦੇ ਉੱਗੇ ਖਿਡਾਰੀ ਦੁੱਲਾ ਬੱਗਾ ਦੇ ਕੋਚ ਵੀ ਰਹੇ ਸਨ। ਤੇ ਤੁਹਾਨੂੰ ਦੱਸ ਦੇ ਕਿ ਪੰਮਾ ਗਾਂਦਰਾ ਦੇ ਮੌਤ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੰਮੇ ਦੀ ਅਚਾਨਕ ਮੌਤ ਦੀ ਜਿਹੜੀ ਖਬਰ ਨਿਕਲ ਕੇ ਆ ਰਹੀ ਤੇ ਕਬੱਡੀ ਜਗਤ ਦੇ ਵਿੱਚ ਸ਼ੋਕ ਦੀ ਲਹਿਰ ਜਾਗ ਗਈ ਹੈ। ਇਸ ਸੰਬੰਧ ਵਿੱਚ ਵਿਆਪਕ ਜਾਣਕਾਰੀ ਪੰਮਾ ਗਾਂਦਰਾ ਦੇ ਸਾਥੀ ਕੋਚ ਸੁੱਖਾ ਘੁੱਗਸ਼ੋਰ ਨੇ ਦੱਸਿਆ ਕਿ ਮੌਤ ਤੋਂ ਇੱਕ ਦਿਨ ਪਹਿਲਾਂ ਪੰਮਾ ਨੇ ਵਟਸਐਪ ਗਰੁੱਪ 'ਚ ਪੋਸਟਾਂ ਪਾਈਆਂ ਅਤੇ ਆਡੀਓ ਮੈਸੇਜ ਵੀ ਉਸ ਵੱਲੋਂ ਪਾਏ ਗਏ ਸੀ, ਜਿਸ ਤੋਂ ਲੱਗਦਾ ਸੀ ਕਿ ਉਹ ਬਿਲਕੁਲ ਠੀਕ ਠਾਕ ਹੈ। ਪਰ ਅਚਾਨਕ ਅੱਜ ਖਬਰ ਨਿਕਲ ਕੇ ਆਈ ਹੈ, ਦਿਲ ਨੂੰ ਧੂ ਗਈ ਹੈ। ਅਤੇ ਉਹਨਾਂ ਨੇ ਕਿਹਾ ਕਿ ਪੰਮਾ ਗਾਂਦਰਾ ਦੀ ਮੌਤ ਕਬੱਡੀ ਜਗਤ ਵਿੱਚ ਇੱਕ ਵੱਡਾ ਘਾਟਾ ਹੈ ਅਤੇ ਇਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਇਸ ਤੋਂ ਪਹਿਲਾਂ ਵੀ ਕਾਫੀ ਜਿਹੜੇ ਕਬੱਡੀ ਦੇ ਖਿਡਾਰੀ ਨੇ ਇਸ ਤਰ੍ਹਾਂ ਹੀ ਅਚਨਚੇਤ ਮੌਤਾਂ ਦੇ ਸ਼ਿਕਾਰ ਹੋ ਚੁੱਕੇ ਨੇ। ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬੜੇ ਰਹੋ ਆਜ਼ਨਿਊਜ਼ਵਾਲਾ.com ਦੇ ਨਾਲ।